ਦੇਖੋ ਜੀ, ਪਿਛਲੇ ਸਮੇਂ ਦੇ ਦੌਰਾਨ ਤਰਨ ਤਾਰਨ ਨਗਰ ਕੌਂਸਲ ਦੇ ਵਿੱਚ ਜਿਹੜਾ ਨਾ ਬਹੁਤ ਵੱਡਾ ਘਪਲਾ ਹੋਇਆ ਸੀ, ਜਿਹਦਾ ਜੇ ਉਜਾਗਰ ਕੀਤਾ ਗਿਆ ਵਾ ਅਤੇ 10 ਕਰੋੜ ਤੋਂ ਉੱਪਰ ਜਿਹੜਾ ਘਪਲਾ ਨਿਕਲਿਆ ਵਾ, ਉਹਦੇ ਵਿੱਚੋਂ ਲਗਭਗ 7.25 ਕਰੋੜ ਅਸੀਂ ਜਿਹੜਾ ਸੀ ਉਹ ਜਿਨ੍ਹਾਂ ਨੇ ਘਪਲਾ ਕੀਤਾ ਸੀ ਉਹਨਾਂ ਕੋਲ ਵਾਪਸ ਵੀ ਕਰਵਾ ਲਿਆ। ਉਹਦਾ ਕਰਕੇ ਜਿਹੜਾ ਕੁਛ ਸਟਾਫ ਸਸਪੈਂਡ ਹੋਇਆ ਅਤੇ ਸਾਡੇ ਕੋਲ ਸਟਾਫ ਦੀ ਵੀ ਘਾਟ ਸੀ, ਹੁਣ ਸਟਾਫ ਸਾਡਾ ਪੂਰਾ ਹੋ ਰਿਹਾ ਵਾ ਅਤੇ ਨਗਰ ਕੌਂਸਲ ਦਾ ਕੰਮ ਆ ਜਿਹੜਾ ਉਹ ਵਧੀਆ ਚੱਲੇਗਾ। ਜਿਹੜਾ ਸ਼ਹਿਰ ਦਾ ਵਾ ਉਹ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾਊਗਾ। ਜਿੱਥੋਂ ਤੱਕ ਮੇਨ ਰੋਡ ਜਿਹੜੀ ਕਿ ਸ਼ਹਿਰ ਦੇ ਵਿੱਚੋਂ ਲੰਘਦੀ ਆ, ਇਹ ਵੀ ਕਾਫੀ ਟੁੱਟ ਰਹੀ ਆ। ਇਹਦੇ ਵਿੱਚ ਜਿਹੜਾ ਇਹ ਪਾਸ ਹੋ ਚੁੱਕੀ ਆ ਅਤੇ ਆ ਬਰਸਾਤ ਖਤਮ ਹੋਣ ਤੋਂ ਬਾਅਦ ਜਲਦੀ ਹੀ ਇਹ ਜਿਹੜੀ ਆ ਸ਼ੁਰੂ ਹੋ ਜੂਗੀ। 4.68 ਕਿਲੋਮੀਟਰ ਇਹ ਜਿਹੜੀ ਸੜਕ ਆ ਇਹਦੇ ਉੱਤੇ ਜੋ ਵੀ ਆ ਪ੍ਰੀਮਿਕਸ ਬਰਸਾਤ ਤੋਂ ਬਾਅਦ ਪੈ ਜਾਏਗਾ। ਇਸੇ ਤਰ੍ਹਾਂ ਹੀ ਦੂਜੀਆਂ ਸੜਕਾਂ ਵੀ ਆ ਜਾਂ ਜੋ ਲਾਈਟਾਂ ਵਾ ਇਹ ਜਲਦੀ ਥੋੜ੍ਹੇ ਸਮੇਂ ਦੇ ਵਿੱਚ ਹੀ ਇਹਨਾਂ 'ਚ ਕਾਫੀ ਸੁਧਾਰ ਵੇਖਣ ਨੂੰ ਮਿਲੇਗਾ। ਸਰ, ਬਾਰਿਸ਼ ਹੋ ਰਹੀ ਹੈ ਤੇ ਸੀਵਰੇਜ ਲੋਕਾਂ ਦੇ ਬੰਦ, ਗਲੀਆਂ ਮੁਹੱਲਿਆਂ ਵਿੱਚ ਪਾਣੀ ਖੜਾ ਵਾ, ਉਹ ਮੁਹੱਲਿਆਂ ਦਾ ਕਿਦੋਂ ਤੱਕ ਕੀਤਾ ਜਾਏਗਾ ਮੁਹੱਲਿਆਂ? ਇਹ ਸਾਨੂੰ ਸਾਰਾ ਕੁਛ ਜੀ ਜਿਹੜਾ ਵਾ ਇਹ ਮਾੜਾ ਪ੍ਰਬੰਧ ਆ ਜਾਂ ਜੋ ਵੀ ਇਹ ਮਾੜਾ ਹੋ ਚੁੱਕਾ ਵਾ ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਵਾ। ਇਹ ਸਾਨੂੰ ਕਾਂਗਰਸ ਸਰਕਾਰ ਦੇ ਕੇ ਗਈ ਹੈ, ਜਿਹੜਾ ਕਿ ਬਹੁਤ ਹੀ ਮਾੜਾ ਜਿਹੜਾ ਉਹ ਪ੍ਰਬੰਧ ਸੀ, ਖਾਸ ਕਰਕੇ ਤਰਨ ਤਾਰਨ ਦੇ ਸ਼ਹਿਰ ਵਿੱਚ ਜਿਹੜਾ ਸੀ ਇਹ ਇੱਥੋਂ ਜਿਹੜੇ ਫੰਡ ਲੁੱਟਣ ਵਾਲੇ ਧਿਆਨ ਰਿਹਾ ਵਾ, ਪਰ ਲੋਕਾਂ ਦਾ ਜਿਹੜਾ ਵਾ ਉਹ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੋ ਇਸ ਕਰਕੇ ਅਸੀਂ ਹੁਣ ਸਾਰਾ ਕੁਛ ਜੋ ਵੀ ਇਹ ਖਰਾਬ ਹੋਇਆ ਵਾ ਠੀਕ ਕਰ ਰਹੇ ਹਾਂ। ਇਹੋ ਹੀ ਹਾਲ ਜਿਹੜਾ ਵਾ ਉਹ ਸੀਵਰ ਸਿਸਟਮ ਦਾ ਹੋਇਆ ਸੀ, ਸੀਵਰੇਜ ਸਿਸਟਮ ਦਾ ਜਿਹੜਾ ਵਾ ਉਹ ਸਾਰਾ ਹੀ ਬੰਦ ਪਿਆ ਵਾ, ਕਿਸੇ ਨੇ ਉਹਦੇ ਵੱਲ ਕਦੀ ਧਿਆਨ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਪਾਣੀ ਜਿਹੜਾ ਗਲੀਆਂ 'ਚ ਫਿਰਦਾ ਰਿਹਾ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸੁਪਰ ਸਕਸ਼ਨ ਮਸ਼ੀਨ ਦੀ ਅਸੀਂ ਮੰਗ ਕੀਤੀ ਆ, ਉਹ ਸਾਨੂੰ ਮਿਲ ਜਾਂਦੀ ਆ ਜਲਦੀ ਹੀ। ਸਾਰਾ ਜਿਹੜਾ ਸ਼ਹਿਰ ਦਾ ਉਹ ਸਿਸਟਮ ਸੀਵਰ ਜਿਹੜਾ ਸਿਸਟਮ ਆ ਉਹਨੂੰ ਸਫਾਈ ਕਰਾ ਕੇ ਅਤੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਥੋਂ ਨਹੀਂ ਚੱਲੂਗਾ ਉੱਥੇ ਅਸੀਂ ਨਵਾਂ ਸੀਵਰ ਲਾਈਨਾਂ ਜਿਹੜੀਆਂ ਉਹ ਪਵਾਵਾਂਗੇ, ਪਰ ਟਾਈਮ ਇਹਨੂੰ ਜ਼ਰੂਰ ਲੱਗੇਗਾ ਕਿਉਂਕਿ ਇਹਦੇ ਵਾਸਤੇ ਫੰਡਾਂ ਦੀ ਜ਼ਰੂਰਤ ਵੀ ਹੁੰਦੀ ਆ ਅਤੇ ਟਾਈਮ ਦੀ ਵੀ ਜ਼ਰੂਰਤ ਹੁੰਦੀ ਆ। ਇਸ ਕਰਕੇ ਸਾਰਾ ਕੁਛ ਠੀਕ ਹੋਊਗਾ, ਪਰ ਜਿਹੜਾ ਪ੍ਰਬੰਧ ਪਿਛਲੀਆਂ ਸਰਕਾਰਾਂ ਨੇ ਮਾੜਾ ਕਰ ਚੁੱਕਿਆ, ਖਰਾਬ ਕਰ ਚੁੱਕਿਆ, ਉਹਨੂੰ ਠੀਕ ਕਰਦਾ ਟਾਈਮ ਜ਼ਰੂਰ ਲੱਗ। ਵਿਕਾਸ ਵਜੋਂ ਬਹੁਤ ਹੀ ਬੁਰੇ ਹਾਲਾਤ ਨੇ ਤਰਨ ਤਾਰਨ ਦੇ। ਅਗਰ ਗੱਲ ਕੀਤੀ ਜਾਵੇ ਇਹਨਾਂ ਸੜਕਾਂ ਦੀ ਤਾਂ ਸੜਕਾਂ ਦੇ ਵਿੱਚ ਐਡੇ ਵੱਡੇ ਟੋਏ ਪਏ ਨੇ ਕਿ ਇੱਕ ਸੜਕ ਨਹੀਂ ਕਾਫੀ ਸੜਕਾਂ ਨੇ ਜਿਹੜੀਆਂ ਸਾਰੀਆਂ ਹੀ ਟੁੱਟੀਆਂ ਪਈਆਂ ਨੇ। ਪਹਿਲਾਂ ਤਾਂ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਕਿ ਇਹ ਦੇਖ ਸਕਦੇ ਜੋ ਤੁਸੀਂ ਸੜਕਾਂ ਅਤੇ ਉਹਨਾਂ ਦੇ ਹਾਲਾਤ ਆ ਦੇਖ ਸਕਦੇ ਜੋ ਕਿ ਜਦੋਂ ਵਹੀਕਲ ਆਉਂਦੇ ਨੇ ਤਾਂ ਇਹਨਾਂ ਨੂੰ ਕਿੰਨੀ ਮੁਸ਼ਕਲ ਪੈਦਾ ਹੁੰਦੀ ਹੈ ਕਿਉਂਕਿ ਇਹ ਸੜਕਾਂ ਟੁੱਟੀਆਂ ਟੋਏ ਵੱਡੇ ਵੱਡੇ ਪਏ ਨੇ ਔਰ ਬੜੀ ਹੀ ਮੁਸ਼ਕਲ ਜਿਹੜੀ ਲੋਕਾਂ ਨੂੰ ਲੰਘਣ ਦੇ ਵਿੱਚ ਆਉਂਦੀ ਹੈ। ਜਦੋਂ ਕਿ ਬਾਰਿਸ਼ ਹੁੰਦੀ ਹੈ ਤਾਂ ਬਾਰਿਸ਼ ਵਿੱਚ ਜਦੋਂ ਕਿ ਸੜਕ ਬਾਰਿਸ਼ ਹੋਵੇ ਤਾਂ ਪਾਣੀ ਭਰ ਜਾਂਦਾ ਹੈ ਤਾਂ ਦਿਖਦਾ ਨਹੀਂ ਕਿ ਇੱਥੇ ਸੜਕ ਦੇ ਵਿੱਚ ਕੋਈ ਟੋਏ ਨੇ। ਜਦੋਂ ਗੱਡੀਆਂ ਵੱਜਦੀਆਂ ਤਾਂ ਫਿਰ ਪਤਾ ਲੱਗਦਾ ਕਿ ਕਾਫੀ ਵੱਡੇ ਵੱਡੇ ਟੋਏ ਪਏ ਹੋਏ ਨੇ। ਸਰਦਾਰ ਜੀ, ਤੁਹਾਡੀ ਲਾਗੇ ਹੀ ਦੁਕਾਨ ਹੈਗੀ ਆ ਔਰ ਵੇਖਣ ਨੂੰ ਮਿਲਦਾ ਕਿ ਸੜਕ ਸਾਰੀ ਟੁੱਟੀ ਪਈ ਹੈ, ਕੀ ਕਹਿਣਾ ਚਾਹੋਗੇ? ਵੀ ਜੀ, ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ, ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕੋਈ ਵਿਕਾਸ ਨਹੀਂ ਹੋਇਆ ਸੜਕਾਂ ਦਾ। ਵੇਖੋ, ਇੱਥੋਂ ਬੱਚਿਆਂ ਨੇ ਵੀ ਲੰਘਣਾ ਸਕੂਲ ਦੇ, ਹੁਣ ਟਾਈਮ ਹੋਏ ਤੁਸੀਂ ਦੇਖ ਲਿਓ 10 ਮਿੰਟ ਤੱਕ ਸਕੂਲ ਦਾ ਟਾਈਮ ਹੋਣੇ ਆ। ਇੱਥੇ ਕਈ ਐਕਟਿਵਾਂ ਡਿੱਗਦੇ ਆ ਵਾ, ਕਈ ਬੱਚੇ ਡਿੱਗਦੇ ਆ, ਕੋਈ ਬੱਸਾਂ ਆਉਂਦੀਆਂ, ਹੁਣ ਦੇਖੋ ਟੋਏ ਕਿੱਡੇ ਵੱਡੇ ਵੱਡੇ ਪਏ ਆ, ਫਿਰ ਇੱਧਰਲੇ ਬੰਦੇ ਵੇਖ ਲਓ ਟੋਏ ਕਿੱਡੇ ਵੱਡੇ ਵੱਡੇ ਪਏ ਹੋਏ ਆ। ਅਸੀਂ ਇੱਕੋ ਪ੍ਰਸ਼ਾਸਨ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਦੀ ਸੁਣਵਾਈ ਕੀਤੀ ਜਾਵੇ, ਇਹ ਸੜਕਾਂ ਬਣਾ ਦਿੱਤੀਆਂ ਜਾਣ। ਜੇ ਬਾਰਿਸ਼ ਹੋਏ ਤਾਂ ਉਹ ਹੀ ਨਹੀਂ ਪਤਾ ਲੱਗਦਾ ਇਹ ਟੋਆ ਹੈਗਾ ਕਿ ਨਹੀਂ ਹੈਗਾ, ਕਈ ਗੱਡੀਆਂ ਪਲਟਦੀਆਂ, ਕੋਈ ਡਿੱਗ ਵੀ ਪੈਂਦਾ, ਕਈਆਂ ਦੇ ਸੱਟਾਂ ਲਾ ਦੇ, ਖੁਦ ਅਸੀਂ ਆਪ ਚੁੱਕ ਕੇ ਹੌਸਪੀਟਲ ਐਡਮਿਟ ਕਰਵਾਉਣ ਜਾਂਦੇ ਹਾਂ। ਇਹ ਜਿਹੜਾ ਇਹ ਵਿਕਾਸ ਕੀ ਪਹਿਲੀਆਂ ਸਰਕਾਰਾਂ ਵੱਲੋਂ ਹੋਇਆ ਕਿ ਇਸੇ ਤਰ੍ਹਾਂ ਹੀ ਵੇਖਣ ਨੂੰ ਮਿਲਦਾ ਪਿਆ? ਭਾਅ ਜੀ, ਇਸੇ ਤਰ੍ਹਾਂ ਹੀ ਵੇਖਣ ਨੂੰ ਮਿਲਣ ਦਿਆ ਜੀ। ਇੱਥੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਸੇਵਾ ਲਾਈ ਸੀ, ਉਦੋਂ ਆਹ ਅਸੀਂ ਸਾਰੇ ਟੋਏ ਆਪਣੇ ਹੱਥੀਂ ਭਰੇ ਜੀ। ਤੁਸੀਂ ਵੀਡੀਓ ਵੀ ਇਹ ਚੀਜ਼ਾਂ ਵੇਖ ਸਕਦੇ, ਨੈਟ 'ਤੇ ਅਸੀਂ ਪਾਈਆਂ ਵੀ ਹੋਈਆਂ ਜੀ, ਜੇ ਚੀਜ਼ ਤੁਸੀਂ ਪ੍ਰੂਫ ਦੇਖਣੇ ਚਾਹੁੰਦੇ। ਅਸੀਂ ਇੱਕੋ ਹੀ ਪ੍ਰਸ਼ਾਸਨ ਅੱਗੇ ਅਰਦਾਸ ਕਰਦੇ ਹਾਂ ਕਿ ਭਾਅ ਜੀ ਕੰਮ ਕਰੋ। ਸਰਕਾਰਾਂ ਬਹੁਤ ਆਉਂਦੀਆਂ ਜਾਂਦੀਆਂ ਵਾ, ਪਰ ਅੱਜ ਤੱਕ ਅਸੀਂ ਆਹ ਵਿਕਾਸ ਪੁਲ ਦਾ ਵਿਕਾਸ ਨਹੀਂ ਜੀ ਅਸੀਂ ਵੇਖਿਆ ਭਾਅ ਜੀ ਕਦੇ। ਇਸੇ ਤਰ੍ਹਾਂ ਹਾਲਾਤ ਨੇ ਭਾਅ ਜੀ, ਹਾਲਾਤ ਇਸੇ ਤਰ੍ਹਾਂ ਵਾ। ਤੁਸੀਂ ਵੇਖ ਲਓ ਮੋਟਰਸਾਈਕਲ ਕਿੱਦਾਂ ਪਲਟਦੇ ਆ, ਈ ਰਿਕਸ਼ੇ ਇੱਥੇ ਬੜੇ ਪਲਟਦੇ ਜੇ, ਐਕਟਿਵਾ ਕੁੜੀਆਂ ਡਿੱਗਦੀਆਂ ਜੇ, ਮੁੰਡੇ ਇੱਥੇ ਆਉਂਦੇ ਆ, ਬੱਸਾਂ ਹੁਣ ਆਉਣੀਆਂ, ਸਕੂਲ ਆਉਣੀਆਂ, ਬੱਸਾਂ ਆਉਣੀਆਂ ਜੀ, ਇਹ ਕੁਛ ਹੀ ਹੁੰਦਾ ਜੀ ਬਸ ਇੱਥੇ। ਭਾਅ ਜੀ, ਕੀ ਕਹਿਣਾ ਚਾਹੋਗੇ, ਸੜਕਾਂ ਇੰਨੀਆਂ ਟੁੱਟੀਆਂ ਨੇ? ਸਰ, ਸੜਕਾਂ ਛੇਤੀ ਤੋਂ ਛੇਤੀ ਰਿਪੇਅਰ ਹੋਣੀਆਂ ਚਾਹੀਦੀਆਂ ਵਾ ਤਾਂ ਕਿ ਜੋ ਜਾਨ ਵਜੋਂ ਕੋਈ ਨੁਕਸਾਨ ਨਾ ਹੋਵੇ। ਅਤੇ ਕਿੰਨੇ ਕੁ ਲੋਕ ਇੱਥੇ ਡਿੱਗਦੇ ਨੇ? ਰੂਟੀਨ ਵਾਈਜ਼ ਤਕਰੀਬਨ ਤੁਸੀਂ ਦੇਖ ਹੀ ਸਕਦੇ ਜੇ ਕਿ ਕਿੰਨਾ ਬੁਰਾ ਹਾਲ ਆ। ਹੁਣ ਬੈਟਰੀ ਵਾਲੇ ਰਿਕਸ਼ੇ ਚੱਲ ਪਏ ਆ, ਇਹ ਬਹੁਤ ਛੇਤੀ ਮਤਲਬ ਇੱਥੇ ਪਲਟ ਜਾਂਦੇ ਵਿਚਾਰੇ। ਇਸ ਤਰ੍ਹਾਂ ਬੱਚੇ ਵੀ ਮੋਟਰਸਾਈਕਲ ਚਲਾਉਂਦੇ ਨੇ, ਐਕਟਿਵਾ ਚਲਾਉਂਦੇ ਨੇ, ਉਹਨਾਂ ਦਾ ਵੀ ਨੁਕਸਾਨ ਹੁੰਦਾ? ਬਿਲਕੁਲ ਸਰ, ਜੋ ਡਿੱਗੇਗਾ ਸਰ ਨੁਕਸਾਨ ਤਾਂ ਹੋਏਗਾ ਹੋਏਗਾ ਨਾ। ਹਾਂਜੀ, ਕੀ ਮੰਗ ਕਰਦੇ ਜੋ? ਸਰ, ਮੰਗ ਇਹੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਰਿਪੇਅਰ ਕੀਤੀਆਂ ਜਾਣ।
ਸੋ ਲੋਕ ਮੰਗ ਕਰ ਰਹੇ ਨੇ ਕਿ ਜਿਹੜੀਆਂ ਸੜਕਾਂ ਨੇ ਇਹਨਾਂ ਦੇ ਹਾਲਾਤ ਬੜੇ ਹੀ ਤਰਸਨਯੋਗ ਹਾਲਾਤ ਨੇ। ਸੋ ਵੇਖ ਸਕਦੇ ਤਸਵੀਰਾਂ ਜਿਹੜੀਆਂ ਕਿ ਜਦੋਂ ਇਹ ਲੋਕ ਲੰਘਦੇ ਨੇ ਤਾਂ ਬੜਾ ਹੀ ਆਹ ਦੇਖ ਸਕਦੇ ਜੋ ਕਿ ਕਿੰਨਾ ਹੌਲੀ ਇੱਥੇ ਹੀ ਗੱਡੀ ਕੀਤੀ ਹੋ ਜਾਂਦੀ ਹੈ। ਸਕੂਲ ਬੱਚਾ ਵੀ ਜਾ ਰਹੀਆਂ ਨੇ ਔਰ ਇਹ ਸੜਕਾਂ ਜਿਹੜੀਆਂ ਸਾਰੀਆਂ ਟੁੱਟੀਆਂ ਪਈ, ਇੱਕ ਸੜਕ ਨਹੀਂ ਇਹ ਸਾਰੀਆਂ ਸੜਕਾਂ ਦੇ ਇਹੋ ਹਾਲਾਤ ਨੇ। ਹੁਣ ਮੋਟਰਸਾਈਕਲ ਦੇਖ ਸਕਦੇ ਹੋ ਕਿ ਇਹਨਾਂ ਲਈ ਜਾਣਾ, ਇਹ ਸੜਕਾਂ ਦੇ ਕੀ ਹਾਲਾਤ ਨੇ ਜੀ ਇੱਥੋਂ ਦੇ? ਸਰ ਬਹੁਤ ਜ਼ਿਆਦਾ ਬੁਰੀ ਹਾਲਤ ਹੈਗੀ ਆ। ਜਦੋਂ ਬਾਰਿਸ਼ ਹੁੰਦੀ ਨਾ ਸਰ, ਉਦੋਂ ਤਾਂ ਇੱਥੇ ਪਤਾ ਨਹੀਂ ਲੱਗਦਾ ਕਿ ਖੱਡਾ ਹੈ ਕਿੱਥੇ ਹੈਗਾ ਹੈ, ਹੈਂ ਕੁਛ ਵੀ ਹੋ ਸਕਦਾ, ਐਕਸੀਡੈਂਟ ਹੋ ਸਕਦਾ ਵਾ, ਬੱਚਿਆਂ ਦੀਆਂ ਆਉਂਦੀ ਗੱਡੀ ਆਉਂਦੀ ਹੈ, ਕੁਛ ਹੁੰਦਾ ਵਾ, ਬਹੁਤ ਮਾੜੀ ਹਾਲਤ ਹੈਗੀ ਆ ਅਤੇ ਪ੍ਰਸ਼ਾਸਨ ਨੂੰ ਖਾਸ ਕਰਕੇ ਇੱਥੇ ਧਿਆਨ ਦੇਣਾ ਚਾਹੀਦਾ ਹੈਗਾ। ਸੋ ਇਹ ਨੇ ਵਹੀਕਲ ਚਲਾਉਂਦੇ ਜੋ ਕਿ ਆਉਂਦਾ ਜਾਣਾ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਸੜਕ ਜਿਹੜੀ ਆ ਬਹੁਤ ਹੀ ਟੁੱਟੀ ਪਈ ਹੈ ਔਰ ਜਦੋਂ ਵੇਖ ਸਕਦੇ ਹੋ ਗੱਡੀਆਂ ਲੰਘਣਦੀਆਂ ਨੇ ਤਾਂ ਇਹਨਾਂ ਨੂੰ ਵੀ ਇਹ ਸਪੀਡ ਸਲੋ ਹੁੰਦੀ ਹੈ। ਜਦੋਂ ਕਿ ਇਹਦੇ ਵਿੱਚ ਬਾਰਿਸ਼ ਜਦੋਂ ਪੈਂਦੀ ਹੈ ਤਾਂ ਭਰ ਜਾਂਦੇ ਨੇ, ਟੋਏ ਭਰ ਜਾਂਦੇ, ਆਹ ਦੇਖ ਸਕਦੇ ਜੋ ਕਿ ਜਦੋਂ ਲੰਘਣਾ ਹੈ ਤਾਂ ਮੁਸ਼ਕਲ ਕਾਫੀ ਹੈ ਔਰ ਟ੍ਰੈਫਿਕ ਜਾਮ ਹੋ ਜਾਂਦਾ ਹੈ ਕਿਉਂਕਿ ਅਗਲੇ ਪਾਸੇ ਕਾਫੀ ਜ਼ਿਆਦਾ ਵੱਡੇ ਵੱਡੇ ਟੋਏ ਨੇ। ਉਹਨਾਂ ਟੋਇਆਂ ਦੇ ਕਾਰਨ ਇਹ ਸੜਕ 'ਤੇ ਇੰਨਾ ਹਾਲਾਤ ਮਾੜੇ ਨੇ ਔਰ ਇੱਕ ਸੜਕ ਨਹੀਂ ਪੂਰੇ ਤਰਨ ਤਾਰਨ ਦੇ ਆਸੇ ਪਾਸੇ ਜਿੰਨੀਆਂ ਵੀ ਸੜਕਾਂ ਨੇ ਬਹੁਤ ਹੀ ਬੁਰੇ ਹਾਲਾਤ ਨੇ। ਜੰਡਿਆਲਾ ਰੋਡ ਦੀ ਸੜਕ ਦੇ ਵੀ ਬਹੁਤ ਬੁਰੇ ਹਾਲਾਤ ਨੇ। ਲੋਕਾਂ ਨੇ ਮੰਗ ਕੀਤੀ ਹੈ ਕਿ ਕਿੰਨੀ ਜਲਦੀ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇਸ ਪਾਸੇ ਧਿਆਨ ਦੇ ਪਾਉਂਦੀ ਹੈ ਕਿ ਲੋਕਾਂ ਨੂੰ ਸਹੂਲਤ ਮਿਲ ਪਾਉਂਦੀ ਹੈ ਕਿ ਜਾਂ ਫਿਰ ਇਸੇ ਤਰ੍ਹਾਂ ਟੋਏ ਹੀ ਦੇਖਣ ਨੂੰ ਮਿਲਣਗੇ। ਵਿਜੇ ਕੁਮਾਰ, ਜਗਬਾਣੀ ਟੀਵੀ, ਤਰਨ ਤਾਰਨ।